ਲੋਕਸਭਾ ਚੋਣਾਂ ਨੇੜੇ ਆਉਂਦੇ ਹੀ ਸਾਰੇ ਰਾਜਨੀਤਿਕ ਲੋਕ ਆਪਣੇ ਹੀ ਵਿਚਾਰ ਰੱਖਣੇ ਸ਼ੁਰੂ ਕਰ ਦਿੰਦੇ ਹਨ, ਪਰ 5 ਸਾਲ ਲੋਕਾਂ ਨੂੰ ਸ਼ਕਲ ਵੀ ਨਹੀਂ ਦਿਖਾਉਂਦੇ। ਡੇਰਾਬੱਸੀ ਵਿੱਚ ਹੋਈ ਮਹਾਰਾਣੀ ਪ੍ਰਨੀਤ ਕੌਰ ਦੀ ਰੈਲੀ ਵੀ ਕੁਝ ਅਜਿਹਾ ਹੀ ਦਰਸਾਉਂਦੀ ਹੈ। ਪ੍ਰਨੀਤ ਕੌਰ ਵੱਲੋਂ ਕੀਤੇ ਗਏ ਵਾਅਦੇ ਵੈਸੇ ਤਾਂ ਕਦੇ ਪੂਰੇ ਹੀ ਨਹੀਂ ਹੋਏ, ਪਰ ਕਿਹੜੀ ਸੋਚ ਲੈ ਕੇ ਲੋਕ ਇਹਨਾਂ ਨੂੰ ਵੋਟ ਪਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਆਓ ਪ੍ਰਨੀਤ ਕੌਰ ਦੇ ਵਾਅਦਿਆਂ ਬਾਰੇ ਤੁਹਾਨੂੰ ਜਾਣੂ ਕਰਵਾਈਏ। ਕਾਂਗਰਸ ਪਾਰਟੀ ਦੀ ਚੋਣ ਦੇ ਲਈ ਤੁਸੀਂ ਇੱਥੇ ਇਕੱਤਰ ਹੋਏ ਹੋ ਔਰ ਹੌਸਲਾ ਬੜਾ ਕੇ ਸਮਰਥਨ ਦੇ ਰਹੇ ਹੋ। ਸਮਰਥਨ ਨਹੀਂ, ਇਹ ਤੁਸੀਂ ਸਮਰਥਨ ਦੂਜਿਆਂ ਤੋਂ ਲੈਣਾ ਹੈ, ਕਿਉਂਕਿ ਇਹ ਚੋਣ ਤੁਹਾਡੀ ਹੈ। ਚੌਧਰੀ ਓਮ ਪ੍ਰਕਾਸ਼ ਜੀ ਨੇ ਨਾਲ ਵਾਲੇ ਹਲਕੇ ਤੋਂ ਆ ਕੇ ਇੱਥੇ ਸਾਡੇ ਨਾਲ ਕੀਤਾ। ਚੌਧਰੀ ਸਾਹਿਬ, ਤੁਸੀਂ ਤਾਂ ਸਾਰਿਆਂ ਨੂੰ ਬੰਨ ਕੇ ਰੱਖ ਲਿਆ। ਬਹੁਤ ਧੰਨਵਾਦ, ਬਹੁਤ ਮਜ਼ਾ ਆਇਆ ਤੁਹਾਨੂੰ ਸੁਣ ਕੇ। ਮੈਂ ਜੀ ਆਇਆ ਧੰਨਵਾਦ ਆਖਦੀ ਹੈ ਅਮਰੀਕ ਸਿੰਘ ਮਲਿਕਪੁਰ ਜੀ, ਕਾਕਾ ਸਿੰਘ ਜੀ, ਸਾਡੇ ਸੁਖਵਿੰਦਰ ਸਿੰਘ ਜੀ ਬੀਜੇਪੀ ਤੋਂ ਆਏ ਨੇ, ਕਮਲੇਸ਼ ਰਾਣੀ ਜੀ, ਰੋਜੀ ਰਾਣੀ ਜੀ, ਜਿਨ੍ਹਾਂ ਨੇ ਆ ਕੇ ਸਾਡੇ ਕਾਂਗਰਸ ਪਰਿਵਾਰ ਦੇ ਵਿੱਚ ਵਾਧਾ ਪਾਇਆ। ਇਹਨਾਂ ਨੂੰ ਅਸੀਂ ਪਰਿਵਾਰ ਦੇ ਵਿੱਚ ਜੀ ਆਇਆਂ ਆਖਦੇ ਹਾਂ, ਪਾਰਟੀ ਦੇ ਵਿੱਚ ਜੀ ਆਇਆਂ ਆਖਦੇ ਹਾਂ। ਔਰ ਬਹੁਤ ਖੁਸ਼ੀ ਹੋਈ ਮੈਨੂੰ ਕਿ ਇੱਕ ਵਧੀਆ ਹੋਰ ਬੰਦੇ ਸਾਡੇ ਨਾਲ ਜੁੜੇ ਨੇ। ਪਤਾ ਮੈਨੂੰ ਟਾਈਮ ਬਹੁਤ ਹੋ ਗਿਆ। ਮੈਂ ਤਾਂ ਇਹ ਕਹਿੰਦੀ ਹਾਂ ਕਿ ਜਿਹੜਾ ਅਖੀਰਲਾ ਬੋਲਦਾ ਹੈ ਨਾ, ਉਹਦੇ ਕੋਲ ਕੁਛ ਨਹੀਂ ਰਹਿੰਦਾ ਬੋਲਣ ਦੇ ਲਈ। ਇੱਕ ਤਾਂ ਲੋਕ ਅੱਕ ਜਾਂਦੇ ਨੇ, ਇੱਕ ਦੂਜੇ ਸਾਰਾ ਕੁਛ ਬੋਲ ਜਾਂਦੇ ਨੇ। ਸੋ ਮੈਂ ਥੋੜ੍ਹੀਆਂ ਗੱਲਾਂ ਕਰੂੰਗੀ, ਪਰ ਮੈਂ ਆਸ ਰੱਖਦੀ ਹਾਂ ਕਿ ਤੁਸੀਂ ਸੁਣੋ ਔਰ ਇਹਨਾਂ 'ਤੇ ਅਮਲ ਕਰੋ। ਸਭ ਤੋਂ ਪਹਿਲੇ ਪੂਰੇ ਪਾਰਲੀਮੈਂਟ ਇਲਾਕੇ ਦੇ ਵਿੱਚ, ਪਟਿਆਲੇ ਦੇ ਵਿੱਚ ਡੇਰਾਬੱਸੀ ਹਲਕਾ ਬਹੁਤ ਵਧੀਆ ਹਲਕਾ, ਪਰ ਇਹਨੂੰ ਅਸੀਂ ਇੱਕ ਕਾਂਗਰਸ ਹਲਕਾ ਨਹੀਂ ਬਣਾ ਸਕੇ। ਆ ਇਹਨਾਂ ਚੋਣਾਂ 'ਚ ਤੁਸੀਂ ਨੀਹਾਂ ਰੱਖਣੀਆਂ ਨੇ ਕਿ ਅਗਲਾ ਤੁਹਾਡਾ MLA ਕਾਂਗਰਸ ਦਾ MLA ਹੋਏ। ਔਰ ਤੁਹਾਡੇ ਕੰਮ ਵਧੀਆ ਹੋਣ। 10 ਸਾਲ ਤੁਸੀਂ ਦੇਖ ਲਏ ਔਰ ਇਹ 15 ਸਾਲ ਨਿਕਲ ਜਾਣੇ ਨੇ ਤੁਹਾਡੇ ਇੱਕ MLA ਦੇ ਨਾਲ। ਤੁਲਨਾ ਕਰੋ ਕਿ ਬਿਨਾਂ ਕਿਸੇ ਚੀਜ਼ ਦੇ ਬਣੇ ਹੋਏ ਦੁਪਿੰਦਰ ਜੀ ਨੇ ਕਿਸ ਤਰ੍ਹਾਂ ਤੁਹਾਡਾ ਸਾਥ ਦਿੱਤਾ, ਕਿਸ ਤਰ੍ਹਾਂ ਕੰਮ ਕੀਤਾ। ਇੱਕ ਇੱਕ ਕਾਂਗਰਸ ਵਰਕਰ ਨੇ, ਚਾਹੇ ਕੋਈ ਵੀ ਹੋਏ, 10 ਸਾਲਾਂ ਲਈ ਬਹੁਤ ਸੰਤਾਪ ਹੋ ਗਿਆ। ਪਰ ਮਾਣ ਇਹਨਾਂ 'ਤੇ ਕਿ ਇਹ ਡਟ ਕੇ ਕਾਂਗਰਸ ਪਾਰਟੀ ਨਾਲ ਖੜੇ ਰਹੇ। ਹਾਰ ਜਿੱਤ ਹੁੰਦੀ ਹੈ, ਪਰ ਬੰਦੇ ਦੀ ਜ਼ਮੀਰ ਜਿਹੜੀ ਹੈ ਨਾ, ਉਹ ਬਹੁਤ ਮਿਹਨੇ ਰੱਖਦੀ ਹੈ। ਔਰ ਮੈਨੂੰ ਪੂਰੀ ਆਸ ਹੈ ਕਿ ਇੱਕ ਵਾਰੀ ਫੇਰ ਸਾਡੇ ਕਾਂਗਰਸ ਪਾਰਟੀ ਦੇ ਝੰਡੇ ਦੇ ਹੇਠਾਂ ਇਹ ਫੇਰ ਇਲਾਕਾ ਆਏਗਾ। ਦੁਪਿੰਦਰ ਜੀ ਨੇ ਬੜੀਆਂ ਗੱਲਾਂ ਦੱਸੀਆਂ ਕਿ 2 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਵਿਕਾਸ ਹੋਇਆ। ਸ਼ੁਰੂਆਤ ਦੇ ਵਿੱਚ ਅਕਾਲੀ ਸਰਪੰਚ ਸੀ, ਹੋਰ ਜ਼ਿਆਦਾ ਇਹਨਾਂ ਦਾ ਪਿਛਲਾ, ਜਦ ਤੱਕ ਸਾਡੀਆਂ ਚੋਣਾਂ ਨਹੀਂ ਹੋਈਆਂ। ਪਰ ਅਸੀਂ ਇਹ ਨਹੀਂ ਦੇਖਿਆ ਕਿ ਗ੍ਰਾਂਟਾਂ ਜਾਣ ਨਾ ਜਾਣ, ਕੰਮ ਹੋਏ ਨਾ ਹੋਏ, ਕੰਮ ਹੋਏ, ਕੰਮ ਹੋਣਗੇ ਔਰ ਇੱਕ ਕੰਮ ਖਤਮ ਹੋਊਗਾ, ਦੂਜਾ ਹੋਊਗਾ। ਦੁਪਿੰਦਰ ਜੀ, ਤੁਸੀਂ ਆਪਣੀ ਜਿਹੜੀ ਲਿਸਟ ਦਿੱਤੀ ਹੈ ਨਾ, ਰਲ ਕੇ ਅਸੀਂ ਇਹਨੂੰ ਪੂਰੀ ਕਰਾਂਗੇ। ਅੱਜ ਪੰਜਾਬ 'ਚ ਤਾਂ ਤੁਸੀਂ ਸਰਕਾਰ ਲੈ ਆਏ ਕਾਂਗਰਸ ਪਾਰਟੀ ਦੀ, ਪੰਜਾਬ ਦੇ ਲੋਕ। ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੋ ਬਣਦਾ ਹੱਕ ਪੰਜਾਬ ਦਾ, ਮੋਦੀ ਜੀ ਨੇ ਨਹੀਂ ਦਿੱਤਾ। ਜਦ ਇਹ ਬਠਿੰਡੇ ਆਏ ਚੋਣਾਂ ਤੋਂ ਪਹਿਲੇ ਰੈਲੀ 'ਚ, ਤਾਂ ਸੁਖਵੀਰ ਨੇ ਕਿਹਾ ਸੀ ਮੋਦੀ ਨੂੰ, ਤੁਸੀਂ ਸਰਕਾਰ ਲੈ ਕੇ ਆਓ, ਮੋਦੀ ਦੀ ਸਾਡੀ ਸਰਕਾਰ ਲੈ ਕੇ ਆਓ, ਤਾਂ ਟਰੱਕਾਂ ਦੇ ਨੋਟ ਭਰ ਕੇ ਲੈ ਆਵਾਂਗੇ। ਔਰ ਪਿਛਲੇ 2-3 ਦਿਨਾਂ ਦੇ ਵਿੱਚ ਟਰੱਕ ਤੋਂ ਤਾਂ ਨੀਚੇ ਆ ਗਿਆ, ਕਹਿੰਦੇ ਇਹਨਾਂ ਨੇ ਕੁਛ ਨਹੀਂ ਕੀਤਾ, ਕਾਂਗਰਸ ਨੇ
ਐਤਕੀ ਲੋਕ ਸਭਾ ਚੋਣਾਂ 'ਚ ਫਿਰ ਅਕਾਲੀ ਦਲ ਮੋਦੀ ਨੂੰ ਲੈ ਕੇ ਆਓ, ਅਸੀਂ ਟਰਾਲੀਆਂ ਭਰ ਕੇ ਲਿਆਵਾਂਗੇ। ਬਈ ਤੂੰ 3 ਵੀਲਰ ਹੀ ਲਿਆ ਕੇ ਭਰ ਦੇ ਸਾਨੂੰ, ਕੁਛ ਦਾ ਵਿਕਾਸ ਕਰਾ। ਕੁਛ ਨਹੀਂ ਕੀਤਾ ਮੋਦੀ ਜੀ, ਇੱਕਦਮ 5 ਸਾਲ ਜਦ ਗੁਜ਼ਰੇ ਇਹ ਬਣ ਗਏ ਚੌਕੀਦਾਰ। ਵੀ ਜਦ ਤੁਸੀਂ ਗਰੀਬਾਂ ਦੇ, ਮੇਰੀਆਂ ਬੀਬੀਆਂ ਭੈਣਾਂ ਬੈਠੀਆਂ ਨੇ, ਸਭ ਨੂੰ ਪਤਾ ਕਿ ਅਸੀਂ ਘਰ ਦੇ ਵਿੱਚ ਨਾ ਲੁਕੋ ਕੇ ਆਦਮੀਆਂ ਤੋਂ 10 ਰੁਪਏ, 50 ਰੁਪਏ, 1000 ਰੁਪਏ ਇਕੱਠੇ ਕਰ ਲਈਦਾ ਕਿ ਇਹ ਕਿਸੇ ਦਿਨ ਸਾਡੇ ਕੰਮ ਆਉਣਗੇ ਔਖੇ ਸਮੇਂ 'ਤੇ। ਉਹ ਕਿਸੇ ਦਾ 50,000, 25,000, 1 ਲੱਖ ਪਿਆ, ਇੱਕਦਮ ਐਸੀ ਹਨੇਰੀ ਆਈ ਉੱਪਰੋਂ ਨੋਟਬੰਦੀ ਦੀ, ਕਹਿੰਦੇ ਮੈਂ ਬਲੈਕ ਮਨੀ ਖਤਮ ਕਰ ਰਿਹਾ। ਵੀ ਇਹ ਜਿਹੜਾ ਜੋੜਿਆ ਹੋਇਆ ਸੀ ਕਿਤੇ ਬਲੈਕ ਮਨੀ ਸੀ? ਇਹਨਾਂ ਨੂੰ ਲਾਈਨਾਂ 'ਚ ਖੜੇ ਹੋਣਾ ਪਿਆ, ਕਈਆਂ ਨੂੰ ਮਿਲਿਆ, ਕਈਆਂ ਨੂੰ ਮਿਲਿਆ ਨਹੀਂ। ਉਦੋਂ ਤੇਰੀ ਚੌਕੀਦਾਰ ਕਿੱਥੇ ਸੀ? ਚੌਕੀਦਾਰੀ ਜਿਹੜੀਆਂ ਲਾਈਨਾਂ 'ਚ ਭੁੱਖੇ ਤੇ ਹਾਏ ਖੜੇ ਹੋ ਗਏ, ਉਹ ਭੁੱਲ ਗਏ? ਫਿਰ ਉਹਦੇ ਉੱਪਰ ਦੀ GST ਲੈ ਆਏ। GST ਬੜੀ ਸਾਡੀ ਕਾਂਗਰਸ ਪਾਰਟੀ ਪਾਰਲੀਮੈਂਟ 'ਚ ਲੜੀ ਕਿ ਲੈ ਆਇਓ ਤੁਸੀਂ, ਠੀਕ ਹੈ, ਪਰ ਸਹੀ ਢੰਗ ਨਾਲ ਇਹਦਾ ਕਰੋ, ਇਹਦਾ 18% ਤੋਂ ਉੱਪਰ ਨਾ ਕਰੋ ਸਭ ਤੋਂ ਵੱਧ, ਔਰ ਇੱਕ ਟੈਕਸ ਲਾਓ। ਆ ਕੱਪੜੇ ਵਾਲੀ ਦੀ ਦੁਕਾਨ 'ਚ ਇੱਕ ਕਿਸਮ ਦਾ ਕੱਪੜਾ ਨਹੀਂ ਰੱਖਦਾ ਕੋਈ, ਕਈ ਕਿਸਮ ਦੇ ਹੁੰਦੇ ਆ, ਹਰ ਇੱਕ ਕਿਸਮ ਦੀ ਅਲੱਗ GST। ਉਹ ਬਿੱਲ ਬਣਾਇਓ, GST ਭਰੇ, ਕੀ ਕਰੇ? ਤਬਾਹ ਕਰਤਾ ਸਾਡਾ ਜਿਹੜਾ ਛੋਟਾ ਵਪਾਰੀ ਸੀ। ਉਦੋਂ ਤੇਰੀ ਚੌਕੀਦਾਰੀ ਕਿੱਥੇ ਸੀ? ਸਾਡੀ ਪਾਰਟੀ ਨੇ ਠਾਣਿਆ ਕਿ ਜਿੰਨੀ ਦੇਰ ਤੱਕ ਸਭ ਤੋਂ ਹੇਠਲੇ ਬੰਦੇ ਉੱਪਰ ਨਹੀਂ ਆਉਂਦੇ, ਅਸੀਂ ਵਿਕਾਸ ਨਹੀਂ ਮੰਨਦੇ। ਸਾਡੇ ਪ੍ਰਧਾਨ ਨੇ ਮੈਨੀਫੈਸਟੋ ਦੇ ਵਿੱਚ ਪੱਕਾ ਕਿਹਾ ਕਿ 6,000 ਰੁਪਇਆ ਫਾਲਤੂ ਦੇ ਕੇ ਹਰ ਇੱਕ ਜਿਹੜਾ ਉਹਦੇ ਘੱਟ ਆਮਦਨ ਹੈ ਉਹਦੇ ਸਾਲ ਦੇ ਵਿੱਚ ਦੇਵਾਂਗੇ। ਇੱਕ ਜਿਹੜੀ ਕਿਸਾਨੀ ਰੁਲ ਗਈ ਸਾਰੇ ਹਿੰਦੁਸਤਾਨ 'ਚ, ਉਹਦੇ ਲਈ ਅਸੀਂ ਅਲੱਗ ਬਜਟ ਕਰਾਂਗੇ। ਇਹ ਪਹਿਲੀ ਵਾਰੀ ਇਤਿਹਾਸ 'ਚ ਹੋਏਗਾ। ਜੇ ਤੁਸੀਂ ਬਚਾਉਣਾ ਹੈ ਤਾਂ ਜ਼ਰੂਰ ਕਾਂਗਰਸ ਪਾਰਟੀ ਨੂੰ ਵੋਟ ਪਾਓ। ਇਹ ਜੋ ਮਰਜ਼ੀ ਕਹਿਣ ਕਿ ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਹ ਆਪਣੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਸੀ ਨਾ, ਉਹਦੇ ਵਿੱਚੋਂ ਨਿਕਲ ਗਏ। ਅਸੀਂ ਨਹੀਂ ਕਹਿੰਦੇ, ਲੇਖਾ ਜੋਖਾ ਪੰਜਾਬ ਦੇ ਲੋਕਾਂ ਨੇ ਤਾਂ ਦੇਤਾ ਅਕਾਲੀ BJP ਨੂੰ, ਦੇਸ਼ ਨੇ ਵੀ ਦੇ ਦੇਣਾ ਹੈ। ਅਸੀਂ ਤਾਂ ਤੁਹਾਡੇ ਸਾਹਮਣੇ ਆ ਕੇ ਕਹਿੰਦੇ ਹਾਂ ਕਿ ਅਸੀਂ ਇਹ ਕੰਮ ਤੁਹਾਨੂੰ ਕਰਕੇ ਦੇਵਾਂਗੇ, ਇਹਦਾ ਵਾਅਦਾ ਹੈਗਾ, ਵਾਅਦਾ ਪੂਰਾ ਕਰਾਂਗੇ। ਇਹ ਗੱਲਾਂ ਅੱਗੇ ਆਉਣੀਆਂ ਚਾਹੀਦੀਆਂ, ਇਹ ਨਹੀਂ ਕਿ ਇਹ ਨਹੀਂ ਹੋਇਆ, ਉਹ ਨਹੀਂ ਹੋਇਆ। ਇਹ ਐਵੇਂ ਫਾਲਤੂ ਦੀਆਂ ਗੱਲਾਂ, ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ। ਅੱਜ ਦੀ ਸਥਿਤੀ ਦੇ ਵਿੱਚ, ਅੱਜ ਦੀ ਸਦੀ ਦੇ ਵਿੱਚ ਡਰ ਫੇਰਿਆ ਹੋਇਆ ਮੋਦੀ ਨੇ, ਕਿਸੇ ਨੂੰ ਨਹੀਂ ਛੱਡਦਾ। ਮੱਧਿਆ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਬੁਰੀ ਤਰ੍ਹਾਂ ਹਾਰਿਆ। 3 ਸਟੇਟਾਂ ਪੰਜਾਬ ਕਾਂਗਰਸ ਨੂੰ ਆਈਆਂ, 2 ਦੂਜੇ ਦਲਾਂ ਨੂੰ, ਲੋਕਲ ਪਾਰਟੀਆਂ ਨੂੰ ਗਈਆਂ। ਮੋਦੀ ਨੂੰ ਆਇਆ 0। ਹੁਣ ਉਹਨੂੰ ਦੇਖ ਦੇਖ ਕੇ, ਆ ਪਰਸੋਂ ਚੌਥੇ ਸਾਡੇ CM ਕਮਲਨਾਥ ਜੀ ਦੇ ਉੱਤੇ ਸਾਰਿਆਂ 'ਤੇ ਰੇਡਾਂ ਕਰਵਾਤੀਆਂ। ਇਲੈਕਸ਼ਨਾਂ ਦਾ ਟਾਈਮ ਹੈ ਕਿ ਡਰ ਪਾਓ, ਕੋਈ ਨਹੀਂ ਡਰਦਾ, ਰੇਡਾਂ ਪਾ ਲਓ, ਜਿੰਨੀਆਂ ਮਰਜ਼ੀਆਂ ਭੁਗਤ ਲਾਂਗੇ ਸਾਰੇ, ਕੀ ਪਤਾ ਕਿਸ 'ਤੇ ਰੇਡ ਪਾਊਗਾ, ਕਿਸ 'ਤੇ ਨਹੀਂ ਪਾਊਗਾ। ਐ ਨਹੀਂ ਕੰਮ ਚੱਲਦਾ, ਐ ਨਹੀਂ ਅੱਗੇ ਕੋਈ ਵੱਧਦਾ। ਤੁਸੀਂ ਪ੍ਰੋਗਰਾਮ ਸਹੀ ਦਿਓ। ਸੋ ਅੱਜ ਤੁਹਾਡੇ ਅੱਗੇ ਆਈ ਹਾਂ ਮੈਂ, ਮੈਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦਾ, ਪ੍ਰਧਾਨ ਦਾ, ਸੋਨੀਆ ਜੀ ਦਾ, ਆਪਣੇ ਸਾਰੇ ਪੰਜਾਬ ਦੀ ਕਾਂਗਰਸ ਪਾਰਟੀ ਦਾ ਕਿ ਉਹਨਾਂ ਨੇ ਮੈਨੂੰ ਟਿਕਟ ਦਿੱਤਾ ਹੈ ਲੋਕ ਸਭਾ ਲੜਨ ਦੇ ਲਈ।
और तकड़े तरीके नाल लड़ांगे, आज की जितांगे, ओ थोड़ी बदौलत। सारे हलके दियां मीटिंगां हो गईयां, इतना उत्साह मैं किसी होर लोकसभा इलेक्शन च नहीं देखिया। ये सारी थोड़ी बदौलत है, जो गल हैगी है वो थोड़ी बदौलत, थोड़ी एक एक वोट। इतना कीमती हथियार है कि तुसी इस हथियार दे नाल जो मर्जी कर लो, गवर्नमेंट ला दो, गवर्नमेंट टा दो, गवर्नमेंट बना दो, एमपी बना दो, एमएलए बना दो, म्यूनसिपल काउंसलर बना दो, टा दो, पर एदे नाल सोच के थानू करना पो कि असली गपौड़ा दे विच पैना, गल्लां दे विच पैना, कि तुसी ए सोचना है कि प्रैक्टिकल गल की है, जमीन नाल जुड़ी हुई गल की है, और थोड़े काम कौन कर सकता है, थोड़े बच्चियां दा भविख कौन बना सकता है। सब तो जरूरी गल, एक माँ हो के मैनू पता है कि असी चाहते हैं कि साढ़े बच्चे साढ़े नालों वधिया जिंदगी लाण, वो जिंदगी बनाने दे लई, क्योंकि समा बहुत खराब है, बहुत दृढ़ता दे नाल काम करना पऊ। आ पंजाब दे विच ऐसी बुरी हालत छड़ के गए ने, तन है सीएम साहब उन्हां दे साथी, उन्हां दी गवर्नमेंट जिन्हां ने इत्थे तक भी इन्ना विकास खाली। डेराबसी दे लोकां दा कहना है कि महारानी दी कोठी च जेड सिक्योरिटी होंदी है ते किसी भी गरीब नूं मिलन नहीं दिया जांदा। गरीब लोग की सोच के उन्हां नूं समर्थन देणगे, इह तां आउण वाला समां ही दसेगा।